ਵਿਸਰੇ ਤਾਂ ਸਭ ਕੋ ਲਾਗੋ ਚੀਤ ਆਵੇ ਤਾਂ ਸੇਵਾ ਔਰ ਨੇ ਕੋ ਦੂਜਾ ਸੁਜੈ ਸਾਚੀ ਅਲਖ ਪ੍ਰਭ ਤੋਰੀ ਅੰਧਕੂਪ ਮੈਂ ਹਾਥ ਦੇ ਰੱਖੋ ਕਛੂ ਸਿਆਨਪ ਉਕਤ ਨਾ ਮੋਰੀ ਰਾਮ ਗੁਸਈਆ ਜੀ ਕੇ ਜੀਵਨਾ ਰਾਮ ਗੁਸਈਆ ਜੀ ਕੇ ਜੀਵਨਾ ਮੋਹਿ ਨਾ ਵਿਸਾਰੋ ਮੈਂ ਜਨ ਤੇਰਾ ਮੋਹਿ ਨਾ ਵਿਸਾਰੋ ਮੈਂ ਜਨ ਤੇਰਾ ਰਾਮ ਗੁਸਈਆ ਜੀ ਕੇ ਸੇਵਾ ਰਾਮ ਜੀ ਦੀ ਮੂਰਤ ਅੱਖਾਂ ਵਿੱਚ ਵਸਾ ਕੇ ਜਿਸ ਵੇਲੇ ਸ਼ਬਦ ਪੜਾਂਗੇ ਉਹਨਾਂ ਦੀ ਉਹ ਮਸਤਾਨੀ ਧੁਨ ਵਿੱਚ ਸੱਚੇ ਪਾਤਸ਼ਾਹ ਜੀ ਪੜਦੇ ਸਨ ਤੇ ਆਓ ਸੱਚੇ ਪਾਤਸ਼ਾਹ ਨੂੰ ਬੇਨਤੀਆਂ ਕਰੀਏ ਸਾਨੂੰ ਨਾ ਵਿਸਾਰੋ ਮੋਏ ਨਾ ਵਿਸਾਰੋ ਮੋਏ ਨਾ ਵਿਸਾਰੋ ਮੋਏ ਨਾ ਵਿਸਾਰੋ ਮੋਏ ਨਾ ਵਿਸਾਰੋ
ਕੁੱਟ ਲੈਂਦਾ ਜਨਮ ਕੁਭਾਤੀ ਮੇਰਾ ਕਰਮ ਕੁੱਟ ਲੈਂਦਾ ਜਨਮ ਕੁਭਾਤੀ ਰਾਮ ਗੁਸਈਆ ਛਾਡੋ ਸਰੀਰ ਕਲ ਜਾਏ ਰਾਮ ਗੁਸਈਆ ਜੀਕੇ ਜੀਵਨਾ ਰਾਮ ਗੁਸਈਆ ਜੀਕੇ ਜੀਵਨਾ ਮੋਏ ਨਾ ਪਿਸਾ ਸਈਆ ਜੀ ਕੇ ਜੀਵਨਾ
ਗੁਰਪ੍ਰਭ ਅਸੀਂ ਸਾਰੇ ਰਲ ਮਿਲ ਕੇ ਮਨਾ ਰਹੇ ਹਾਂ ਇਹ ਮਈ ਦਾ ਮਹੀਨਾ ਜਿਹੜਾ ਸ਼ੁਰੂ ਹੋਇਆ ਬਖਸ਼ਿਸ਼ਾਂ ਤੇ ਰਹਿਮਤਾਂ ਦਾ ਇਹ ਮਹੀਨਾ ਸ਼ੁਰੂਆਤ ਹੋਈ 5 ਮਈ ਮਹਿਲ ਸਤਿਗੁਰ ਸੇਵਾ ਰਾਮ ਸਾਹਿਬ ਜੀ ਦੇ ਸਾਡੇ ਸਾਹਿਬ ਸੰਤ ਮਾਤਾ ਜੀ ਤਿਨ੍ਹਾਂ ਦਾ ਪ੍ਰਕਾਸ਼ ਦਿਵਸ 6 ਤਰੀਕ ਸਤਿਗੁਰ ਸੇਵਾ ਰਾਮ ਜੀ ਦਾ ਗੁਰਿਆਈ ਦਿਨ ਫਿਰ 9 ਤਰੀਕ ਆਈ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਵਸ 18 ਤਰੀਕ ਸਤਿਗੁਰੂ ਬਾਲਕ ਸਿੰਘ ਜੀ ਦਾ ਗੁਰਿਆਈ ਗੱਦੀ ਦਿਨ ਵੀ ਅਸਾਂ ਨੇ ਮਿਲ ਕੇ ਮਨਾਇਆ ਤੇ ਇਹ ਹਫ਼ਤਾ 22 ਤਰੀਕ ਪੂਰਨਮਾਸ਼ੀ ਸਤਿਗੁਰੂ ਰਾਮ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਵਸ 22 ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਵਸ 23 ਤਰੀਕ ਸਤਿਗੁਰ ਸਾਧੂ ਰਾਮ ਜੀ ਦਾ ਪ੍ਰਕਾਸ਼ ਦਿਵਸ ਪੂਰਨਮਾਸ਼ੀ ਦਾ ਦਿਨ ਇਹ ਰਹਿਮਤਾਂ ਬਖਸ਼ਿਸ਼ਾਂ ਭਰੇ ਦਿਨ ਤੇ ਅੱਜ ਵੀ ਜਿਹੜਾ ਦਿਨ ਹੈ ਇਹ ਵੀ ਬਖਸ਼ਿਸ਼ਾਂ ਦਿਨ ਦਿਨ ਸਤਿਗੁਰਾਂ ਦਾ ਮਹਿਲ ਪ੍ਰਕਾਸ਼ ਦਿਵਸ ਕਿਤਨੀਆਂ ਹੀ ਬਖਸ਼ਿਸ਼ਾਂ ਮੇਰੇ ਮਾਲਕ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਕੀਤੀਆਂ ਆਪ ਜੀ ਨੇ ਸ਼੍ਰਵਣ ਕੀਤੀਆਂ ਹੋਣੀ ਕੀਰਤਨ ਵਿੱਚ ਭਾਈ ਸਾਹਿਬ ਭਾਈ ਜਤਿੰਦਰ ਸਿੰਘ ਜੀ ਸਾਖੀ ਸ਼੍ਰਵਣ ਕਰਾ ਰਹੇ ਸਨ ਭਾਈ ਲੰਗਾਹ ਦੀ ਕਿ ਕਿਸ ਤਰ੍ਹਾਂ ਰਜਾ ਵਿੱਚ ਰਹਿ ਕੇ ਉਸਨੇ ਸਤਿਗੁਰਾਂ ਦਾ ਹੁਕਮ ਮੰਨਿਆ ਤੇ ਬਖਸ਼ਿਸ਼ਾਂ ਵੀ ਪ੍ਰਾਪਤ ਕੀਤੀਆਂ ਤੇ ਅੱਜ ਗੁਰਸਿੱਖ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਜਿਸ ਵੇਲੇ ਗੁਰੂ ਅਮਰਦਾਸ ਜੀ ਦੇ ਚਰਣਾਂ ਵਿੱਚ ਪਹੁੰਚਿਆ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਣਾਂ ਵਿੱਚ ਸੇਵਾ ਬਖਸ਼ੋ ਗੋਇੰਦਵਾਲ ਸਾਹਿਬ ਜੀ ਦੀ ਉਹ ਪਾਵਨ ਪਵਿੱਤਰ ਧਰਤੀ
ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਤੀਸਰੀ ਜੋਤ ਗੁਰੂ ਅਮਰਦਾਸ ਜੀ ਗੁਰ ਸੰਗਤਾਂ ਨੂੰ ਤਾਰ ਰਹੇ ਹਨ। ਤੇ ਜਿਸ ਵੇਲੇ ਗੁਰਸਿੱਖ ਆਇਆ ਉਹ ਗੁਰਸਿੱਖ ਬੜਾ ਕਮਾਈ ਵਾਲਾ ਗੁਰਸਿੱਖ ਸੀ, ਨਾਮ ਜਪਣ ਵਾਲਾ ਗੁਰਸਿੱਖ। ਤੇ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਵੱਲ ਵੇਖਿਆ ਤੇ ਕਹਿਣ ਲੱਗੇ, ਇੱਥੋਂ ਚਲਾ ਜਾ, ਇੱਥੋਂ ਚਲਾ ਜਾ। ਸੱਚੇ ਪਾਤਸ਼ਾਹ ਜੀ ਦੇ ਜਿਸ ਵੇਲੇ ਵਚਨ ਸੁਣੇ ਚਲਾ ਜਾ, ਬੜਾ ਹੀ ਵੈਰਾਗ ਵਿੱਚ ਹੋ ਗਿਆ। ਸੱਚੇ ਪਾਤਸ਼ਾਹ, ਮੈਂ ਤਾਂ ਆਪ ਜੀ ਦੇ ਚਰਣਾਂ ਵਿੱਚ ਸੇਵਾ ਕਰਨ ਲਈ ਆਇਆ ਸੀ, ਪਰ ਆਪ ਜੀ ਮੈਨੂੰ ਕਹਿ ਰਹੇ ਹੋ ਚਲਾ ਜਾ ਇੱਥੋਂ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਮੈਨੇ ਤੇਰੇ ਮਸਤਕ ਦੀਆਂ ਲੇਖਾਂ ਪੜ੍ਹੀਆਂ ਹਨ, ਤੂੰ ਅੱਜ ਤਾਂ ਬੜੀ ਖੁਸ਼ੀ ਦੇ ਘਰ ਵਿੱਚ ਆਇਆ ਹੈ, ਪਰ ਤੇਰਾ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬੜਾ ਹੀ ਔਖਾ ਸਮਾਂ ਹੈ। ਕਹਿੰਦਾ ਹੈ, ਸੱਚੇ ਪਾਤਸ਼ਾਹ, ਮੇਰੇ ਕਾਰੋਬਾਰ ਬਹੁਤ ਚੱਲ ਰਹੇ ਹਨ, ਜਹਾਜ਼ ਤੇ ਮਾਲ ਇੱਥੋਂ ਤੇ ਉੱਥੇ ਹੋ ਰਿਹਾ ਹੈ, ਧਨ ਦੌਲਤ ਦੀ ਕੋਈ ਕਮੀ ਨਹੀਂ, ਮੇਰੇ ਬੱਚਿਆਂ ਨੇ ਦੁਕਾਨਦਾਰੀਆਂ ਸੰਭਾਲ ਲਿੱਤੀਆਂ, ਕਾਰੋਬਾਰ ਸੰਭਾਲ ਲਿੱਤੇ ਹਨ, ਹੁਣ ਮੈਂ ਚਾਹੁੰਦਾ ਹਾਂ ਮੈਂ ਆਪ ਜੀ ਦੇ ਚਰਣਾਂ ਵਿੱਚ ਇੱਥੇ ਬੈਠ ਕੇ ਆਪ ਜੀ ਦੇ ਮਿੱਠੇ ਵਚਨ ਸੁਣਾ ਤੇ ਸੰਗਤਾਂ ਦੀ ਸੇਵਾ ਕਰਾਂ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ, ਨਾ, ਤੂੰ ਇੱਥੇ ਨਹੀਂ ਰਹਿਣਾ। ਪਰ ਸੱਚੇ ਪਾਤਸ਼ਾਹ, ਕਿਉਂ ਨਹੀਂ ਰਹਿਣਾ? ਕਹਿੰਦੇ ਹਨ, ਜਿਹੜੇ ਕਾਰੋਬਾਰ ਦੀ ਤੂੰ ਗੱਲ ਕਰ ਰਿਹਾ ਹੈ ਕੁਝ ਦਿਨਾਂ ਬਾਅਦ ਇਹਨਾਂ ਨੇ ਖਤਮ ਹੋ ਜਾਣਾ। ਭਾਈ ਮਹੇਸ਼ਾ ਤੇ ਕਹਿੰਦਾ, ਸੱਚੇ ਪਾਤਸ਼ਾਹ, ਅੱਛਾ, ਇਸ ਕਰਕੇ ਆਪ ਜੀ ਮਨਾ ਕਰ ਰਹੇ ਹੋ? ਕਹਿੰਦਾ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਕੁਝ ਦਿਨਾਂ ਦੀ ਖੇਡ ਹੈ, ਚਲੇ ਜਾਣਗੇ ਸਭ, ਤੂੰ ਵਾਪਸ ਚਲਾ ਜਾ। ਤੇ ਸੱਚੇ ਪਾਤਸ਼ਾਹ ਜੀ ਦੇ ਚਰਨ ਪਕੜ ਲਿੱਤੇ ਭਾਈ ਮਹੇਸ਼ਾ ਨੇ ਤੇ ਕਹਿੰਦਾ, ਸੱਚੇ ਪਾਤਸ਼ਾਹ, ਅਗਰ ਮੈਂ ਚਲਾ ਜਾਵਾਂਗਾ ਤੇ ਉਹ ਕਾਰੋਬਾਰ ਫਿਰ ਵਾਪਸ ਆ ਜਾਣਗੇ? ਇਹ ਗੱਲ ਦੱਸੋ, ਆ ਜਾਣਗੇ? ਕਹਿੰਦੇ ਨਹੀਂ, ਵਾਪਸ ਤਾਂ ਨਹੀਂ ਆਣਗੇ, 40 ਸਾਲ ਤੂੰ ਗਰੀਬ ਰਹੇਗਾ। ਸੱਚੇ ਪਾਤਸ਼ਾਹ ਜੀ ਅੰਤਰ ਦੀਆਂ ਗੱਲਾਂ ਜਾਣਦੇ ਸਨ, ਕਹਿੰਦੇ ਤੂੰ 40 ਸਾਲ ਗਰੀਬ ਰਹੇਗਾ, 40 ਸਾਲ ਤੱਕ ਤੇਰੇ ਇਹ ਲੇਖ ਨਹੀਂ ਮਿਟਣ ਲੱਗੇ। ਭਾਈ ਮਹੇਸ਼ਾ ਨੇ ਜਿਸ ਵੇਲੇ ਸੁਣਿਆ ਕਿ 40 ਸਾਲ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਹਨ ਤੇ ਕਹਿੰਦਾ, ਹੁਣ ਤਾਂ ਮੈਂ ਇੱਥੇ ਹੀ ਰਵਾਂਗਾ, ਹੁਣ ਤਾਂ ਮੈਂ ਇੱਥੇ ਹੀ ਰਵਾਂਗਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ, ਤੇਰੀ ਮਰਜ਼ੀ, ਜਿਸ ਤਰ੍ਹਾਂ ਤੂੰ ਰਾਜੀ। ਤੇ ਅੱਜ ਉਹ ਭਾਈ ਮਹੇਸ਼ਾ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਚਰਣਾਂ ਦੀ ਅੱਜ ਮੁੱਠੀ ਚਾਪੀ ਕਰਦਾ ਹੈ, ਸੰਗਤਾਂ ਦੀ ਸੇਵਾ ਕਰਦਾ ਹੈ, ਝੂਟੇ ਭਾਂਡੇ ਮਾਂਜਦਾ ਹੈ, ਹੋਰ ਜਿਤਨੀਆਂ ਸੇਵਾ ਗੋਇੰਦਵਾਲ ਸਾਹਿਬ ਵਿੱਚ ਹੋ ਰਹੀਆਂ ਹਨ ਉਹਨਾਂ ਸੇਵਾ ਵਿੱਚ ਉਹ ਆਪਣੀ ਹਾਜ਼ਰੀ ਲਗਾ ਰਿਹਾ ਹੈ। ਕੁਝ ਦਿਨ ਬੀਤੇ, ਉਸਦੇ ਬੱਚੇ ਆ ਗਏ ਤੇ ਕਹਿੰਦੇ ਨੇ, ਪਿਤਾ ਜੀ, ਸਾਡਾ ਜਹਾਜ਼ ਜਿਹੜਾ ਮਾਲ ਲੈ ਕੇ ਆ ਰਿਹਾ ਸੀ ਉਹ ਡੁੱਬ ਗਿਆ ਹੈ, ਤੇ ਜਿਤਨਾ ਕਾਰੋਬਾਰ ਸੀ ਉਹ ਸਭ ਖਤਮ ਹੋ ਗਿਆ ਹੈ, ਅਸੀਂ ਰੋਟੀ ਲਈ ਵੀ ਮੁਹਤਾਜ ਹੋ ਗਏ ਹਾਂ। ਭਾਈ ਮਹੇਸ਼ਾ ਤਾਂ ਜਾਣਦਾ ਸੀ ਇਹ ਕੰਮ ਕਿ ਗੁਰੂ ਅਮਰਦਾਸ ਜੀ ਨੇ ਵਚਨ ਕਰ ਦਿੱਤੇ ਹਨ ਤੇ ਕਹਿੰਦਾ, ਫਿਰ ਕਹਿੰਦਾ, ਪਿਤਾ ਜੀ, ਸਾਰੇ ਲੋਕ ਜਿਤਨੇ ਪਿੰਡ ਦੇ ਹਨ ਉਹ ਕਹਿੰਦੇ ਹਨ, ਜਦ ਤੋਂ ਤੇਰਾ ਪਿਓ ਉੱਥੇ ਗਿਆ ਹੈ ਗੋਇੰਦਵਾਲ ਸਾਹਿਬ, ਤਾਂ ਤੋਂ ਹੀ ਇਹ ਕੰਮ ਹੋਇਆ ਹੈ।
ਹੁਣ ਲੋਕੀ ਸਾਨੂੰ ਮਹਿਣਾ ਦੇ ਰਹੇ ਨੇ ਕਿ ਜਦ ਤੋਂ ਤੇਰਾ ਪਿਓ ਉੱਥੇ ਗਿਆ ਹੈ ਤਾਂ ਤੋਂ ਹੀ ਤੁਸੀਂ ਗਰੀਬ ਹੋ ਗਏ ਹੋ, ਵੇਖ ਕਿੱਧਰ ਗਿਆ ਹੈ ਤੇਰਾ ਪਿਓ। ਤੇ ਉਹ ਕਹਿੰਦਾ ਹੈ ਆਪਣੇ ਬੱਚਿਆਂ ਨੂੰ ਤੁਸੀਂ ਵਾਪਸ ਚਲੇ ਜਾਓ, ਵਾਪਸ ਚਲੇ ਜਾਓ। ਤੇ ਭਾਈ ਮਹੇਸ਼ਾ ਅੱਜ ਦਿਲ ਦੇ ਨਾਲ ਮਨ ਦੇ ਨਾਲ ਆਪਣੇ ਸਤਿਗੁਰਾਂ ਦੇ ਚਰਣਾਂ ਵਿੱਚ ਜੁੜਿਆ ਹੈ ਤੇ ਕੀ ਪੜਦਾ ਹੈ, ਰਾਮ ਗੁਸਈਆ ਜੀ ਕੇ ਜੀਵਨਾ, ਰਾਮ ਗੁਸਈਆ ਜੀ ਕੇ ਜੀਵਨਾ, ਪਾਸ਼ਾ ਮੋਹਿ ਨਾ ਵਿਸਾਰੋ ਮੈਂ ਜਨ ਤੇਰਾ, ਮੋਹਿ ਨਾ ਵਿਸਾਰੋ ਮੈਂ ਜਨ ਤੇਰਾ। ਅੱਜ ਸੇਵਾ ਕਰਦੇ 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 40 ਦਿਨ ਹੋ ਗਏ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅੱਜ ਬਖਸ਼ਿਸ਼ਾਂ ਦੇ ਘਰ ਵਿੱਚ ਆਏ ਤੇ ਉੱਥੇ ਪਹੁੰਚ ਗਏ ਜਿੱਥੇ ਭਾਈ ਮਹੇਸ਼ਾ ਸੰਤਾਂ ਦੇ ਝੂਠੇ ਭਾਂਡੇ ਮਾਂਝ ਰਿਹਾ ਹੈ, ਨਾਮ ਸਿਮਰਨ ਕਰ ਰਿਹਾ ਹੈ। ਸਤਿਗੁਰ ਸਾਧੂ ਰਾਮ ਜੀ ਕਹਿੰਦੇ ਸਨ ਸੰਗਤੋਂ ਜੇਬਾ ਲਾ, ਨਾਮ ਜਪੋ, ਬੈਠੇ ਹੋ ਤੁਸੀਂ ਜਿੱਥੇ ਵੀ ਬੈਠੇ ਹੋ ਇਸ ਰਸਨਾ ਦੇ ਨਾਲ 4 ਅੱਖਰਾਂ ਦਾ ਨਾਮ ਜਪਦੇ ਰਹੋ। ਤੇ ਉਹ ਵੀ ਨਾਮ ਜਪਦਾ ਸੀ ਤੇ ਸਤਿਗੁਰਾਂ ਦੇ ਚਰਣਾਂ ਵਿੱਚ ਉੱਥੇ ਗੋਇੰਦਵਾਲ ਵਿੱਚ ਬੈਠ ਕੇ ਝੂਠੇ ਭਾਂਡੇ ਮਾਂਜ ਰਿਹਾ ਹੈ। ਤੇ ਅੱਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਸ ਜਗ੍ਹਾ ਤੇ ਆ ਗਏ ਜਿੱਥੇ ਭਾਈ ਮਹੇਸ਼ਾ ਸੇਵਾ ਕਰ ਰਿਹਾ ਸੀ। ਬਰਤਨ ਮਾਂਜਣ ਵਾਲੀ ਜਿਹੜੀ ਰਾਖ ਹੈ ਜਿਸ ਦੇ ਨਾਲ ਉਹ ਭਾਂਡੇ ਮਾਂਜ ਰਿਹਾ ਹੈ, ਭਾਂਡੇ ਮਾਂਜਦੇ ਮਾਂਜਦੇ ਕੀ ਵੇਖਦਿਆ ਹੈ, ਗੁਰੂ ਅਮਰਦਾਸ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਤੀਸਰੀ ਜੋਤ ਉੱਥੇ ਆ ਕੇ ਦਰਸ਼ਨ ਦੇ ਰਹੇ ਨੇ। ਜਿਸ ਵੇਲੇ ਦਰਸ਼ਨ ਕੀਤੇ ਗੁਰੂ ਅਮਰਦਾਸ ਜੀ ਦੇ, ਬਰਤਨ ਧੋਂਦੇ ਧੋਂਦੇ ਉਹ ਰਾਖ ਜਿਹੜੀ ਸੀ ਉਹ ਖੜਾ ਹੋ ਗਿਆ ਉਹਨਾਂ ਦੇ ਸਤਿਕਾਰ ਦੇ ਲਈ ਤੇ ਜਿਹੜੀ ਰਾਖ ਸੀ ਉਸਦੇ ਮੱਥੇ ਤੇ ਲੱਗ ਗਈ। ਤੇ ਆ ਕੇ ਗੁਰੂ ਅਮਰਦਾਸ ਜੀ ਦੇ ਚਰਣਾਂ ਵਿੱਚ ਮੱਥਾ ਟੇਕ ਦਿੱਤਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅੱਜ ਬਖਸ਼ਿਸ਼ਾਂ ਦੇ ਘਰ ਵਿੱਚ ਆ ਗਏ, ਕਹਿਣ ਲੱਗੇ ਮਹੇਸ਼ਾ ਖੜਾ ਹੋ, ਗੁਰੂ ਨਾਨਕ ਤੇ ਤੇਰੇ ਤੇ ਬਖਸ਼ਿਸ਼ ਕਰ ਦਿੱਤੀ ਹੈ। ਜਿਸ ਵੇਲੇ ਚਰਣਾ ਤੇ ਟਟਿਆ ਜਿਹੜੀ ਮੱਥੇ ਉਸਦੇ ਹੱਥ ਵਿੱਚ ਰਾਖ ਸੀ ਉਹ ਮੱਥੇ ਤੇ ਲੱਗੀ ਤੇ ਗੁਰੂ ਅਮਰਦਾਸ ਜੀ ਨੇ ਉਸਨੂੰ ਆਪਣੀ ਬਾਹਾਂ ਦੇ ਨਾਲ ਚੁੱਕਿਆ ਤਾਂ ਜਿਹੜੀ ਰਾਖ ਉਸਦੇ ਮੱਥੇ ਤੇ ਰੱਖੀ ਸੀ ਉਹ ਹਟਾਈ ਤੇ ਕਹਿਣ ਲੱਗੇ ਪੁਰਾਣਾ ਮੇਟਿਆ ਨਵਾਂ ਲਿਖਿਆ। ਮਹੇਸ਼ਾ ਗਰੀਬੀ ਤਾਂ 40 ਸਾਲ ਦੀ ਸੀ, ਮਹੇਸ਼ਾ ਗਰੀਬੀ ਜਿਹੜੀ ਸੀ ਉਹ 40 ਸਾਲ ਦੀ ਸੀ ਪਰ ਗੁਰੂ ਨਾਨਕ ਨੇ ਤੇਰੇ ਤੇ ਕਿਰਪਾ ਕੀਤੀ ਹੈ 40 ਦਿਨ ਵਿੱਚ ਖਤਮ ਕਰ ਦਿੱਤੀ ਤੇਰੀ। ਕਹਿਣ ਲੱਗੇ ਹੁਣ ਚਿੰਤਾ ਨਾ ਕਰ, ਗੁਰੂ ਨਾਨਕ ਨੇ ਤੇਰੇ ਭੰਡਾਰੇ ਪੜ ਦਿੱਤੇ। ਜਿਸ ਵੇਲੇ ਉਹ ਮੌਜ ਵਿੱਚ ਆ ਜਾਵੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਸਭ ਕੁਝ ਕਰ ਸਕਦੇ ਹਨ, ਸਭ ਕੁਝ ਕਰ ਸਕਦੇ ਹਨ।
ਠਾਕਰ ਤੋਲਾ ਰਾਮ ਸਿੰਘ ਤੇ ਵੀ ਤੇ ਕਿਰਪਾ ਕੀਤੀ ਸੀ ਨਾ, ਕੀ ਸੀ ਉਹਨਾਂ ਕੋਲ? ਘੁੰਗੜੀਆਂ ਵੇਚਦੇ ਸਨ, ਅੰਗਰੇਜ਼ ਦੇ ਬੱਚੇ ਆਵਣ ਤੇ ਉਹਨਾਂ ਨੂੰ ਘੁੰਗੜੀਆਂ ਦੇ ਕੇ ਭੇਜ ਦੇਵਨ। ਤੇ ਅੱਜ ਜਿਸ ਵੇਲੇ ਅੰਗਰੇਜ਼ ਦੇ ਬੱਚੇ ਉਹ ਗੱਡੀ ਵਿੱਚ ਬੈਠ ਕੇ ਜਾਂਦੇ ਹਨ ਤੇ ਆਪਣੇ ਮਾਤਾ ਪਿਤਾ ਨੂੰ ਕਹਿੰਦੇ ਨੇ ਘੁੰਗੜੀਆਂ ਲੈਣੀਆਂ ਹਨ, ਤੇ ਉਹ ਅਫਸਰ ਅੰਗਰੇਜ਼ ਅਫਸਰ ਗੱਡੀ ਤੋਂ ਉਤਰਿਆ ਤੇ ਘੁੰਗੜੀਆਂ ਲਿੱਤੀਆਂ, ਪੈਸੇ ਦੇਣ ਲੱਗਾ ਤੇ ਠਾਕਰ ਤੋਲਾ ਰਾਮ ਸਿੰਘ ਜੀ ਕਹਿੰਦੇ ਨਹੀਂ ਸਰ, ਇਹ ਤਾਂ ਮੈਂ ਆਪਣੇ ਬੱਚਿਆਂ ਨੂੰ ਰੋਜ਼ ਦੇਣਾ ਵਾ, ਰੋਜ਼ ਆਉਂਦੇ ਹਨ ਮੇਰੇ ਕੋਲ। ਤੇ ਪੁੱਛਿਆ ਜਦ ਉਹਨਾਂ ਕੋਲੋਂ ਤਾਂ ਕਹਿੰਦੇ ਨੇ ਹਾਂ ਅਸੀਂ ਰੋਜ਼ ਆ ਕੇ ਲੈ ਜਾਂਦੇ ਹਾਂ ਪਰ ਇਹ ਪੈਸੇ ਨਹੀਂ ਲੈਂਦੇ। ਅੱਛਾ, ਤੇ ਜਿਸ ਵੇਲੇ ਅੰਗਰੇਜ਼ ਅਫਸਰ ਨੇ ਸੁਣਿਆ ਕਿ ਪੈਸੇ ਨਹੀਂ ਲੈਂਦੇ, ਆਪਣੀ ਜੇਬ ਵਿੱਚੋਂ ਵਿਜ਼ਿਟਿੰਗ ਕਾਰਡ ਦਿੱਤਾ ਤੇ ਕਹਿਣ ਲੱਗੇ ਇਸ ਪਤੇ ਤੇ ਕੱਲ ਆਫਿਸ ਵਿੱਚ ਆ ਜਾਣਾ। ਠਾਕਰ ਤੋਲਾ ਰਾਮ ਸਿੰਘ ਜੀ ਪਹੁੰਚ ਗਏ ਅਗਲੇ ਦਿਨ ਆਫਿਸ ਵਿੱਚ, ਤੇ ਜਿਸ ਵੇਲੇ ਪਹੁੰਚੇ ਤੇ ਉਸ ਅੰਗਰੇਜ਼ ਅਫਸਰ ਨੇ ਉਸਨੂੰ ਉਹਨਾਂ ਨੂੰ ਕੀ ਦੇ ਦਿੱਤਾ? ਕਹਿਣ ਲੱਗੇ ਇਹ ਜਿਹੜਾ ਪੁੱਲ ਬਣ ਰਿਹਾ ਹੈ ਇਸ ਦੇ ਵਿੱਚ ਤੁਸਾਂ ਨੇ ਗਾਰਡਰ ਦੇ ਅੰਦਰ ਲੋਹੇ ਦੇ ਅੰਦਰ ਛੇਦ ਕਰਨੇ ਹਨ ਤੇ ਹਰ ਛੇਦ ਦਾ ਇੱਕ ਪੈਸਾ ਮਿਲੇਗਾ ਤੁਸਾਂ। ਠੇਕਾ ਲੈ ਕੇ ਵਾਪਸ ਆਏ ਸਤਿਗੁਰ ਸਾਧੂ ਰਾਮ ਜੀ ਦੇ ਸਿੱਖ ਸਨ। ਸਤਿਗੁਰ ਨਰੈਣ ਦਾਸ ਜੀ ਨੇ ਵਚਨ ਕੀਤਾ ਸੀ ਸਤਿਗੁਰੂ ਭਗਵਾਨ ਦਾਸ ਜੀ ਨੂੰ ਕਿ ਸਮਾਂ ਆਏਗਾ ਇਹ ਠਾਕਰ ਪਰਿਵਾਰ ਬਾਦਸ਼ਾਹੀਆਂ ਪ੍ਰਾਪਤ ਕਰੇਗਾ। ਉਹ ਵਚਨ ਹੁਣ ਸਿੱਧ ਹੋਣ ਲੱਗੇ ਤੇ ਸਤਿਗੁਰ ਸਾਧੂ ਰਾਮ ਜੀ ਦੇ ਉਹ ਪਿਆਰੇ ਗੁਰਸਿੱਖ ਸੱਚੇ ਪਾਤਸ਼ਾਹ ਜੀ ਕਹਿੰਦੇ ਸਨ ਕਿ ਠਾਕਰ ਤੋਲਾ ਰਾਮ ਸਿੰਘ ਸਾਡਾ ਪੰਜਵਾਂ ਪੁੱਤਰ। ਤੇ ਜਿਸ ਵੇਲੇ ਵਰਲਡ ਵਾਰ ਸ਼ੁਰੂ ਹੋ ਗਿਆ ਕੁਛ ਸਮਾਂ ਬਾਅਦ ਹੀ, ਤੇ ਫਿਰ ਉਹਨਾਂ ਨੇ ਆਰਡਰ ਦੇ ਦਿੱਤਾ ਜਿਤਨੇ ਵੀ ਤੁਸਾਂ ਨੂੰ ਅਸਾਂ ਨੇ ਠੇਕਾ ਦਿੱਤਾ ਹੈ ਇੱਕ ਪੈਸੇ ਦੇ ਦੋ ਪੈਸੇ ਕਰ ਦਿਓ, ਕੰਮ ਜਲਦੀ ਕਰੋ। ਫਿਰ ਉਹ ਆਰਡਰ ਕਰ ਦਿੱਤਾ ਦੋ ਦੇ ਚਾਰ ਕਰ ਦਿਓ, ਚਾਰ ਦੇ 16 ਕਰ ਦਿਓ। ਕਿੱਥੇ ਇੱਕ ਪੈਸੇ ਪਰ ਛੇਦ ਦਾ ਉਹਨਾਂ ਨੂੰ ਦਿੱਤਾ ਸੀ, ਕਿੱਥੇ 16 ਪੈਸੇ, 16 ਗੁਣਾ ਕਰਕੇ ਉਹਨਾਂ ਨੂੰ ਜਿਸ ਵੇਲੇ ਪੈਸੇ ਮਿਲੇ ਤੇ ਉਹ ਠਾਕਰ ਤੋਲਾ ਰਾਮ ਸਿੰਘ ਜੀ ਜਿਹੜੇ ਕਿ ਘੁੰਗੜੀਆਂ ਵੇਚਦੇ ਸਨ ਸਤਿਗੁਰ ਸਾਧੂ ਰਾਮ ਜੀ ਕੋਲ ਕੱਟਾ ਭਰ ਕੇ ਪੈਸਿਆਂ ਦਾ ਚਾਂਦੀਆਂ ਦਾ ਲੈ ਕੇ ਆਏ। ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਤਾਂ ਘੁੰਗੜੀਆਂ ਵੇਚਣ ਵਾਲਾ ਸੀ, ਆਪਨੇ ਮੈਨੂੰ ਭਰ ਕੇ ਦੇ ਦਿੱਤਾ ਹੈ। ਤੇ ਸਤਿਗੁਰ ਸਾਧੂ ਰਾਮ ਜੀ ਕਹਿਣ ਲੱਗੇ ਬੱਚਿਆ ਸਰਦਾਰ ਜੀ ਹਲੇ ਤਾਂ ਇਹਨਾਂ ਦਾ ਹੋਰ ਵਾਅਦਾ ਹੋਏਗਾ, ਇਹਨਾਂ ਦਾ ਤੁਸੀਂ ਬਾਗ ਖਰੀਦ ਲਓ, ਜੰਗਲ ਖਰੀਦ ਲਓ। ਤੇ ਜਿਸ ਵੇਲੇ ਜੰਗਲ ਖਰੀਦਿਆ ਬੜੇ ਖੁਸ਼ ਕੀਆ, ਜੰਗਲ ਖਰੀਦਿਆ ਹੈ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਤੇ ਬੜੇ ਖੁਸ਼ ਹਨ ਜਿਸ ਵੇਲੇ। ਤੇ ਕੁਦਰਤ ਦੀ ਜੋ ਰਜਾ ਉਸ ਜੰਗਲ ਵਿੱਚ ਅੱਗ ਲੱਗੀ, ਫਿਰ ਆਏ ਸਤਿਗੁਰ ਸਾਧੂ ਰਾਮ ਜੀ ਦੇ ਚਰਣਾਂ ਵਿੱਚ। ਮਨ ਬੜਾ ਪਰੇਸ਼ਾਨ ਵੀ ਨਹੀਂ, ਪਰੇਸ਼ਾਨ ਹੁੰਦਾ ਹੈ ਜਿਸ ਦੀ ਕੋਈ ਚੀਜ਼ ਜਾਂਦੀ ਹੈ। ਫਿਰ ਕਹਿੰਦੇ ਨੇ ਬੜੇ ਸਬਰ ਸੰਤੋਖ ਵਾਲੇ ਸਨ ਠਾਕੁਰ ਤੋਲਾ ਰਾਮ ਸਿੰਘ ਜੀ, ਕਹਿਣ ਲੱਗੇ ਸੱਚੇ ਪਾਤਸ਼ਾਹ ਤੁਸਾਂ ਨੇ ਦਿੱਤਾ ਸੀ, ਹੁਣ ਆਪ ਜੀ ਦੀ ਰਜਾ ਹੈ, ਜੋ ਹੋਇਆ ਹੈ ਆਪ ਜੀ ਦਾ ਹੀ ਦਿੱਤਾ ਹੋਇਆ ਸੀ। ਤੇ ਸੱਚੇ ਪਾਤਸ਼ਾਹ ਸਤਿਗੁਰ ਸਾਧੂ ਰਾਮ ਜੀ ਕਹਿੰਦੇ ਹਨ ਠਾਕਰ ਸਾਹਿਬ ਚਿੰਤਾ ਨਾ ਕਰੋ, ਇਹ ਦੁਆਲਾ ਜਿਹੜਾ ਜੰਗਲ ਹੈ ਇਹ ਸੋਨੇ ਦੇ ਪਾਓ ਵਿਕੇਗਾ, ਤੁਹਾਨੂੰ ਸੋਨੇ ਦੇ ਪਾਓ ਇਸ ਦੇ ਪੈਸੇ ਮੁੱਲ ਮਿਲੇਗਾ, ਇਸ ਦਾ ਚਿੰਤਾ ਨਾ ਕਰੋ, ਸਤਿਗੁਰ ਸੰਗਤਾ ਸਾਹਿਬ ਜੀ ਦੇ ਘਰ ਸਭ ਕੁਝ ਹੈ, ਭਰੋਸਾ ਰੱਖੋ। ਜਿਹੜਾ ਕੋਇਲਾ ਹੋ ਗਏ ਸਨ ਨਾ, ਲੱਕੜੀ ਜਿਤਨੀ ਜੰਗਲ ਦੀ ਲੱਕੜੀ ਸੀ ਉਹ ਅੱਗ ਲੱਗ ਕੇ ਕੋਇਲਾ ਹੋ ਗਈ ਸੀ,
ਤੇ ਸਤਿਗੁਰ ਸਾਧੂ ਰਾਮ ਜੀ ਨੇ ਜਿਹੜੇ ਵਚਨ ਕੀਤੇ, ਸੰਤ ਬੋਲੇ ਸਹਿਜ ਸੁਭਾਅ ਸਾਧਕਾ ਬੋਲਿਆ ਬਿਰਥਾ ਨਾ ਜਾਏ। ਤੇ ਅੱਜ ਫੇਰ ਵਰਡ ਵਾਰ ਚੱਲ ਰਿਹਾ ਸੀ, ਜਿਹੜੀਆਂ ਗੱਡੀਆਂ ਚੱਲਦੀਆਂ ਸਨ ਉਹ ਇਲੈਕਟ੍ਰਿਕ ਤਾਂ ਸੀ ਨਹੀਂ, ਉਸ ਵੇਲੇ ਕੋਇਲੇ ਦੇ ਨਾਲ ਚੱਲਦੀ ਸੀ। ਤੇ ਹੁਣ ਗੌਰਮੈਂਟ ਨੇ ਕਹਿ ਦਿੱਤਾ ਜਿੱਥੇ ਵੀ ਜਿੱਥੇ ਕੋਇਲਾ ਹੈ ਸਾਰਾ ਲਿਆਓ, ਜਿਸ ਭਾਅ ਤੇ ਮਿਲਦਾ ਹੈ, ਜਿਸ ਭਾਅ ਤੇ ਮਿਲਦਾ ਹੈ, ਜਿੱਥੇ ਨੇੜੇ ਤੇੜੇ ਮਿਲਦਾ ਹੈ, ਕਿਉਂਕਿ ਜਿਹੜਾ ਇਲਾਕਾ ਸੀ ਉੱਥੋਂ ਵੀ ਰੇਲ ਗੱਡੀਆਂ ਨਿਕਲਦੀਆਂ ਸਨ। ਤੇ ਗੌਰਮੈਂਟ ਦਾ ਜਿਸ ਵੇਲੇ ਆਰਡਰ ਆਇਆ ਤੇ ਜਿਹੜਾ ਕੋਇਲਾ ਜੰਗਲ ਕੋਇਲਾ ਬਣ ਗਿਆ ਸੀ, ਉਹ ਸਤਿਗੁਰ ਸਾਧੂ ਰਾਮ ਜੀ ਦੇ ਵਚਨਾਂ ਦੇ ਸਦਕੇ ਉਹ ਸੋਨੇ ਦੇ ਭਾਅ ਹੀ ਵਿਕਿਆ। ਇਤਨਾ ਮਹਿੰਗਾ ਉਹ ਜੰਗਲ ਵਿਕਿਆ ਕਿ ਸਾਰੇ ਵੇਖ ਕੇ ਹੈਰਾਨ, ਇਹ ਕੀ ਹੋ ਗਿਆ। ਇੱਥੇ ਭਾਈ ਮਹੇਸ਼ਾ ਜਿਸ ਤੇ ਸਤਿਗੁਰਾਂ ਨੇ ਕਿਰਪਾ ਕੀਤੀ, ਕਹਿੰਦੇ ਨੇ ਭਾਈ ਮਹੇਸ਼ਾ 40 ਦਿਨਾਂ ਵਿੱਚ ਤੂੰ ਨੇ ਸਤਿਗੁਰਾਂ ਨੂੰ ਰਿਝਾ ਲਿੱਤਾ ਹੈ, ਹੁਣ ਰਜ ਗਏ ਗੁਰੂ ਨਾਨਕ ਪਾਤਸ਼ਾਹ ਤੇਰੇ ਤੇ ਕਿਰਪਾ ਕੀਤੀ ਹੈ, ਤੂੰ ਚਿੰਤਾ ਨਾ ਕਰ। ਤੇ ਅਗਲੇ ਦਿਨ ਤੋਂ ਹੀ ਉਹ ਰਹਿਮਤਾਂ ਬਖਸ਼ਿਸ਼ਾਂ ਬਰਕਤਾਂ ਸ਼ੁਰੂ ਹੋ ਗਈਆਂ। ਜਿਹੜਾ ਜਹਾਜ਼ ਡੁੱਬ ਗਿਆ ਸੀ ਪਰਿਵਾਰ ਦਾ, ਹੁਣ ਦੁਕਾਨਦਾਰ ਜਿਹੜੇ ਕਾਰੋਬਾਰੀ ਸਨ ਉਹ ਕਹਿੰਦੇ ਸਾਡੇ ਕੋਲੋਂ ਪੈਸਾ ਲਓ ਇਨਵੈਸਟਮੈਂਟ ਵਾਸਤੇ ਤੇ ਕਾਰੋਬਾਰ ਦੁਬਾਰਾ ਸ਼ੁਰੂ ਕਰੋ। ਉਹਨਾਂ ਤੇ ਭਰੋਸਾ ਕੀਤਾ, ਭਰੋਸਾ ਕਿੱਧਰੋਂ ਆਇਆ ਸੀ, ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ, ਗੁਰੂ ਅਮਰਦਾਸ ਜੀ ਨੇ ਜਿਹੜੀ ਬਖਸ਼ਿਸ਼ ਕੀਤੀ। ਤੇ ਕੁਝ ਸਮੇਂ ਬਾਅਦ ਹੀ ਉਹ ਲਹਿਰਾ ਬਹਿਰਾ ਫਿਰ ਹੋ ਗਏ ਤੇ ਹੁਣ ਵੀ ਅਲੀ ਗੱਲ ਖਤਮ ਨਹੀਂ ਹੋਈ। ਫਿਰ ਗੁਰੂ ਅਮਰਦਾਸ ਜੀ ਕਹਿੰਦੇ ਨੇ ਭਾਈ ਮਹੇਸ਼ਾ ਹੁਣ ਤਾਂ ਲਹਿਰਾ ਬਹਿਰਾ ਹੋ ਗਈਆਂ ਨੇ, ਫਿਰ ਇੱਥੇ ਕੀ ਕਰ ਰਿਹਾ, ਜਾ ਆਪਣੇ ਘਰ, ਕੀ ਕਰ ਰਿਹਾ ਇੱਥੇ। ਤੇ ਉਹ ਕੀ ਕਹਿੰਦਾ ਹੈ, ਆਓ ਸਾਰੇ ਰਲ ਮਿਲ ਕੇ ਅਸੀਂ ਪੜੀ ਮੜੀ ਸੇਵਾ ਲੈਂਦੇ ਰਹਿਣਾ ਜੀ, ਚਰਣਾ ਤੋਂ ਨਾ ਵਿਸਾਰੋ ਜੀ, ਇਹੋ ਮੰਗ ਹੈ ਮੇਰੀ। ਅਸਾਂ ਨੇ ਸਾਰਿਆਂ ਨੇ ਇਹੀ ਮੰਗ ਮੰਗਣੀ ਹੈ ਅੱਜ ਦੇ ਦਿਨ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਣਾਂ ਵਿੱਚ ਭਾਈ ਮਹੇਸ਼ਾ ਨੇ ਜਿਹੜੀ ਮੰਗ ਮੰਗੀ ਕਿ ਮੈਨੂੰ ਆਪਣੇ ਚਰਣਾ ਤੋਂ ਨਾ ਦੂਰ ਕਰਨਾ, ਮੈਨੂੰ ਸੇਵਾ ਆਪਣੇ ਦਰ ਦੀ ਦਿੰਦੇ ਰਹਿਣਾ, ਤੇ ਇਹੀ ਮੰਗ ਅਸਾਂ ਨੇ ਮੰਗਣੀ ਹੈ। ਸੇਵਾ ਲੈਂਦੇ ਰਹਿਣਾ ਜੀ, ਚਰਣਾ ਤੋਂ ਦੂਰ ਨਾ ਕਰਨਾ ਜੀ, ਇਹੋ ਮੰਗ ਹੈ ਮੇਰੀ। ਸੇਵਾ ਲੈਂਦੇ ਰਹਿਣਾ ਜੀ, ਚਰਣਾ ਤੋਂ ਦੂਰ ਨਾ ਕਰਨਾ ਜੀ, ਇਹੋ ਮੰਗ ਹੈ ਮੇਰੀ। ਸੇਵਾ ਲੈਂਦੇ ਰਹਿਣਾ ਜੀ, ਚਰਣਾ ਤੋਂ ਦੂਰ ਨਾ ਕਰਨਾ ਜੀ, ਇਹੋ ਮੰਗ ਲੈਂਦੇ
ਤੋਂ ਦੂਰ ਕਰਨਾ ਜੀ, ਇਹੋ ਮੰਗ ਹੈ ਮੇਰੀ, ਇਹੋ ਮੰਗ ਹੈ ਮੇਰੀ। ਪ੍ਰਭ ਇਹ ਮਨੋਰਥ ਮੇਰਾ, ਪ੍ਰਭ ਇਹ ਤਨ ਕਾ ਚੇਰਾ।
ਕਹਿੰਦਾ ਹੈ ਗੁਰੂ ਅਮਰਦਾਸ ਜੀ ਨੂੰ ਸੱਚੇ ਪਾਤਸ਼ਾਹ ਮੈਨੂੰ ਆਪਣਾ ਚਰਣਾ ਤੋਂ ਦੂਰ ਨਾ ਕਰਨਾ, ਮੈਂ ਹੁਣ ਇੱਥੇ ਹੀ ਰਹਿ ਕੇ ਆਪ ਜੀ ਦੇ ਚਰਣਾ ਦੀ ਸੇਵਾ ਕਰਾਂਗਾ ਤੇ ਮੈਨੂੰ ਆਪਣੇ ਗੋਦ ਦਾ ਬੱਚਾ ਬਣਾ ਲਓ। ਐਸੀ ਕਿਰਪਾ ਸੱਚੇ ਪਾਤਸ਼ਾਹ ਜੀ ਨੇ ਕੀਤੀ। ਆਓ ਇਸ ਇਲਾਕੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ। ਰਾਮ ਨੀਆ ਜੀ ਕੇ ਜੀਵਨਾ ਰਾਮ ਗੋਤਈ ਸ਼੍ਰੀ ਗੁਰੂ ਅਮਰਦਾਸ ਸਾਹਿਬ ਧੰਨ ਧੰਨ ਸਤਿਗੁਰੂ ਸਾਧੂ ਰਾਮ ਸਾਹਿਬ ਆਪ ਜੀ ਦੀ ਸਦਾ ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ ਸਦਾ ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ।